বাবা রাম রহিম বারে তোমরা কি জানো? ওয়েলকাম ব্যাক টু ডুব্রো চ্যানেল। আজ দিন কি আ থার্সডে জুম্মা রাত, জুম্মা রাত কাল জুম্মা কিতে যা রে অন দা ওয়ে টু দুবাই। এক অ্যাপয়েন্টমেন্ট আ ডাক্তার নাল ছোটি জি, ਉਸ ਤੋਂ ਬਾਅਦ ਫਿਰ ਘੁੰਮੀਆਂ ਛੁੰਮੀਆਂ ਆਪਣੇ ਯਾਰਾਂ ਮਿੱਤਰਾਂ ਕੋਲ, ਅਤੇ ਕੱਲ੍ਹ ਦਾ ਪ੍ਰੋਗਰਾਮ ਟਮੋਰੋ ਮੋਰਨਿੰਗ ਦੱਸਾਂਗੇ ਤੁਹਾਨੂੰ, ਠੀਕ ਹੈ ਜੀ। ਅਤੇ ਟਰਾਈ ਕਰਦੇ ਹਾਂ ਕਿ ਰੈਗੂਲਰ ਹੋਈਏ ਕੈਮਰੇ ਨਾਲ, ਵਲੋਗਿੰਗ ਨਾਲ, ਕਿਉਂਕਿ ਰੈਗੂਲਰ ਨਹੀਂ ਹੋ ਪਾ ਰਿਹਾ ਸੀ। ਡਿਊਟੀਆਂ ਨੇ, ਅਪ ਐਂਡ ਡਾਊਨ ਹੈ, ਟਾਈਮ ਇੰਨਾ ਜ਼ਿਆਦਾ ਮਿਲਦਾ ਨਹੀਂ, ਲੇਕਿਨ ਫਿਰ ਵੀ ਟਰਾਈ ਸਾਡੀ ਇਹੀ ਆ। ਜਾਂ ਹੁਣ ਹੁਣ ਜਿਹੜਾ ਸ਼ਡਿਊਲ ਆ, ਵੀਕਲੀ ਵੰਸ ਜਾਂ ਵੀਕਲੀ ਟੂ ਵੀਡੀਓਜ਼ ਅਸੀਂ ਟੂ ਵਲੋਗ ਪਾਉਂਦੇ ਹਾਂ ਚੈਨਲ 'ਤੇ। ਮੇਰੀ ਟਰਾਈ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੀ ਪਾਈਏ ਅਸੀਂ ਵਲੋਗ, ਇਹਨਾਂ ਨੂੰ ਮਤਲਬ ਇਹਨਾਂ ਦੀ ਕੁਆਂਟਿਟੀ ਵਧਾਈਏ, ਅਸੀਂ ਦੋ ਤੋਂ ਅਸੀਂ ਚਾਰ ਕਰੀਏ, ਲੇਕਿਨ ਦੇਖਦੇ ਹਾਂ ਵੀ ਟਾਈਮ ਕਿਵੇਂ ਮਿਲਦਾ, ਕਿਉਂਕਿ ਡਿਊਟੀ ਵੀ ਕਰਨੀ ਆ। ਵਲੋਗਰ ਤਾਂ ਅਸੀਂ ਨਵੇਂ ਨਵੇਂ ਬਣੇ ਹਾਂ, ਅਤੇ ਕਿਉਂ ਵੀ ਸਬਸਕ੍ਰਾਈਬਰ ਜਿਹੜੇ ਮੇਰੇ ਨਵੇਂ ਸਬਸਕ੍ਰਾਈਬਰ ਨੇ ਜਿਹੜੇ ਆਹ ਵੀਡੀਓ ਤੋਂ ਹੋਏ ਨੇ, ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਪਹਿਲਾਂ ਸਬਸਕ੍ਰਾਈਬ ਕੀਤਾ। ਸਾਡੀਆਂ ਵੀਡੀਓਜ਼ 'ਤੇ ਸਾਨੂੰ ਪਿਆਰ ਮਿਲਦਾ ਵਾ, ਸਾਡੇ ਵਲੋਗਸ 'ਤੇ ਸਾਨੂੰ ਪਿਆਰ ਮਿਲਦਾ, ਥੈਂਕ ਯੂ ਸੋ ਮੱਚ। ਔਰ ਇਸ ਤਰ੍ਹਾਂ ਹੀ ਵੀਡੀਓਜ਼ ਨੂੰ ਪਿਆਰ ਕਰਦੇ ਰਹੋ, ਲਾਈਕ ਕਰਦੇ ਰਹੋ। ਸਬਸਕ੍ਰਾਈਬ ਦੀ ਕੈਮਰੇ ਦੀ ਬੈਟਰੀ ਅਗਰ ਮਿਲ ਗਈ ਤਾਂ ਲਵਾਂਗੇ, ਕਿਉਂਕਿ ਐਕਸਟਰਾ ਬੈਕਅਪ ਨਹੀਂ ਹੈਗਾ ਯਾਰ ਇਹਦਾ, ਮੇਰੇ ਕੋਲ ਇੱਕ ਹੀ ਬੈਟਰੀ ਆ, ਅਤੇ ਉਹਦਾ ਇੱਕ ਐਕਸਟਰਾ ਬੈਟਰੀ ਲੈਣੀ ਆ। ਅਗਰ ਕੈਨਨ ਦੀ ਵਧੀਆ ਕੁਆਲਿਟੀ ਓਰੀਜਨਲ ਮਿਲ ਜਾਏ ਤਾਂ, ਅਗਰ ਚਾਈਨਾ ਮੇਡ ਦੀ ਲੈਣੀ ਹੋਈ ਤਾਂ ਫਿਰ ਤਾਂ ਕਿਤੋਂ ਵੀ ਲੈ ਸਕਦਾ। ਟਾਈਮ ਕਰੂਤੀ, ਹੁਣ ਟਾਈਮ ਹੋ ਗਿਆ 7:04, ਕਲੀਨਿਕ ਦੀ ਲਾਸਟ ਟਾਈਮਿੰਗ ਹੈਗੀ ਆ 9:00। 9:00 ਬਿਫੋਰ 9 ਵੀ ਹੈਵ ਟੂ ਬੀ ਰੀਚ ਦੇਅਰ। 9 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਸੀ ਉੱਥੇ। ਫਿਰ ਕਲੀਨਿਕ ਪਹੁੰਚ ਕੇ ਆਪਾਂ ਅਗੇਨ ਸਟਾਰਟ ਕਰਦੇ ਹਾਂ ਆਪਣਾ ਵਲੌਗ, ਜਦ ਤੱਕ ਤੁਸੀਂ ਆਊਟਸਾਈਡ ਦਾ ਨਜ਼ਾਰਾ ਦੇਖੋ ਬਾਈ ਜੀ, ਨਾਈਟ ਦਾ ਦੁਬਈ ਦਾ। ਬਾਈ ਜੀ ਦਿੱਤੇ ਹੋਏ ਐਡਰੈਸ 'ਤੇ ਪਹੁੰਚ ਗਏ ਹਾਂ, ਔਰ ਕਰੂਤੀ ਡੈਂਟਲ ਕਲੀਨਿਕ ਕਾਲ ਕਰ ਲਈ ਹੈ। 104 ਨਾਮ ਮੈਂ ਭੁੱਲ ਗਿਆ ਕੀ ਸੀਗਾ ਕਲੀਨਿਕ ਦਾ। ਆਹ ਚਲੋ ਨਾਲ ਫਿਰ ਚੱਲਦੇ ਹਾਂ। ਦੁਬਈ ਦੇ ਵਿੱਚ ਇਹੀ ਪ੍ਰੋਬਲਮ ਆਉਂਦੀ ਆ ਕਿ ਸਾਨੂੰ ਪਾਰਕਿੰਗ ਦੀ ਪਾਰਕਿੰਗ ਨਹੀਂ ਲੱਭੇਗੀ, ਲੱਭੂਗੀ ਬੜੀ ਮੁਸ਼ਕਲ, ਬੜੀ ਮੁਸ਼ਕਲ ਬਾਈ ਜੀ, ਕੀ ਕੀਤਾ ਜਾਵੇ, ਬੰਦਾ ਵੀ ਸਾਡਾ ਥੱਕ ਗਿਆ ਬਾਹਰ ਖੜਾ ਖੜਾ। ਲਓ ਇੱਦਾਂ ਹੁੰਦੇ ਨੇ ਹਾਲ, ਐਵੇਂ ਨਹੀਂ ਹੁੰਦੀਆਂ ਕਮਾਈਆਂ। ਫਾਈਨਲੀ ਵੀ ਗਾਟ ਇਟ, ਫਾਈਨਲੀ ਵੀ ਗਾਟ ਇਟ। ਓ ਮਸਟੈਂਗ, ਅਨਦਰ ਮਸਟੈਂਗ। Like a bird on a tree,
I'm just sitting here. I got time. It's clear to see from up here. The world seems small. ਇਹ ਡਾਕਟਰ ਦੇ ਕੇ ਕਹਿੰਦਾ ਮੈਂ ਨਹੀਂ ਕਰਾਉਣੀ, ਤੁਸੀਂ ਕਰਾ ਦਿਓ, ਮੈਂ ਨਹੀਂ ਕਰਾਉਣਾ ਇਹਦੇ ਤੋਂ। ਕੈਂਡੀ ਖਾ ਲਓ ਬਾਈ ਜੀ। I'm just sitting here. I got time. It's clear to see from up here. The world seems small. We can sit to. Okay guys, now I'm going off. Thank you, doctor. Thank you for your service. Thank you, ma'am. ਭਾਈ ਜੀ, ਡੈਂਟਲ ਕਲੀਨਿਕ ਦੇ ਕਲੀਨਿੰਗ ਕਰਵਾ ਕੇ ਟੀਥ ਦੀ ਇੱਕ ਸਾਲ ਪਹਿਲਾਂ ਕਰਵਾਈ ਸੀ। ਭਾਈ ਕਹਿੰਦਾ ਤੂੰ ਬਹੁਤ ਸੁਨੱਖਾ ਤੇ ਇੱਦਾਂ ਹੀ ਰਹਿ, ਤੂੰ ਬਹੁਤ ਸੁਣਾ। ਟੋਪੀ ਲਈ ਰੱਖ ਲੈ, ਇਹਦਾ ਨਵੀਂ ਲੈ ਲਾ। ਕਿਉਂ ਨਵੀਂ ਲੈ ਲਾ ਬਾਈ? ਪੈਸੇ ਹੈ ਨਹੀਂ ਨਵੀਂ ਲੈਣ ਜੋਗੇ, ਕਿੱਥੋਂ ਲਈਏ ਦੱਸੋ? ਪੈਸੇ ਲੱਗਦੇ ਆ, ਪੈਸੇ ਦੰਦਾਂ ਦੇ ਲਾਏ ਆ। ਹੁਣ ਦੱਸਣਾ, ਪੁੱਛਣਾ ਨਹੀਂ ਗੱਡੀ ਦਾ ਨਾਮ ਕੀ ਆ। ਬਾਈ ਆਪਾਂ ਨੂੰ ਗਾਣਾ ਸੁਣਾਉਣ ਲੱਗਿਆ। ਮੈਂ ਨਹੀਂ ਸੁਣਾਉਣਾ ਬਾਈ, ਗਾਣਾ ਸੁਣਾਉਣ ਲੱਗਿਆ ਆਪਾਂ ਨੂੰ। ਬਹੁਤ ਸੋਹਣਾ ਸੁਣਾਉਣਾ, ਇਕੱਲੇ ਤੇ ਸੁਣਾਉਣਾ ਬਹੁਤ। ਮੈਨੂੰ ਉਹਦੀ ਸੌ ਲੱਗੇ, ਪ੍ਰੇਮੀ ਦੀ। ਕਿਹੜਾ ਹੋ ਨਾ ਬੰਦਾ ਯਾਰ, ਰਾਮ ਰਹੀਮ ਬਾਹਰ, ਰਾਮ ਰਹੀਮ ਬੰਦਾ ਹੱਥਾ ਬਾਈ, ਉਹਦੇ ਵਰਗਾ ਬੰਦਾ ਨਹੀਂ ਆਉਣਾ। ਜੁੱਡੀ ਆਏ ਸਾਲੇ ਨੇ, ਠੀਕ ਆ, ਉਹਨੇ ਗਲਤ ਕੰਮ ਜਿਹੜੇ ਕੀਤੇ ਆ, ਲੇਕਿਨ ਬੁੱਧੂ ਬਹੁਤ ਬਣਾਈ ਜਾਂਦਾ ਉਹਨੇ ਬਾਈ। ਤੁਸੀਂ ਦੇਖੋ ਕਿੱਡਾ ਉਹਨੇ ਬਿਜ਼ਨਸ ਕਿੱਡਾ ਖੜਾ ਕੀਤਾ। ਕਿਹਾ ਉਹਨੇ ਪਤਾ, ਮੇਰੇ ਤਾਂ 8 ਪੈਕ ਸੀਗੇ, ਇਹ ਤਾਂ ਧਿਆਨ ਲਾ ਲਾ ਕੇ ਇੱਡਾ ਹੋ ਗਿਆ ਮੇਰਾ। ਛੋਟੇ ਫਾਈਨ ਆਇਆ, ਤੈਨੂੰ ਕੈਮਰੇ ਹੈ ਨਾ, ਫਲੈਸ਼ ਆਈ ਆ ਤੇ ਪੇ ਕਰ ਦੇ। ਬਾਈ ਕਹਿੰਦਾ ਰੁਕ ਜਾ ਤੂੰ, ਮੈਂ ਕਿਹਾ ਰੁਕ ਜਾਂਦੇ, ਰੁਕ ਗਏ। ਸੇਲ ਆਈ ਹੋਈ ਆ ਜੀ ਫਾਈਨਾਂ ਤੇ, 50% ਆਫ, 300 ਰਹਿ ਗਿਆ। 600 ਦਰਾਮ ਪੇ ਕਰਨਾ ਸੀ, 300 ਰਹਿ ਗਿਆ। ਦੇਖਿਆ ਦੁਬਈ ਗਵਰਨਮੈਂਟ ਜਿੰਦਾਬਾਦ ਯਾਰ। ਮੈਂ ਪਤਾ ਨਹੀਂ ਕਿੱਧਰ ਚੱਲਿਆ ਯਾਰ, ਪਤਾ ਨਹੀਂ ਕਿੱਧਰ ਵਾਰੀ ਕਰਦਾ ਯਾਰ ਮੈਨੂੰ, ਇਹ ਬਹੁਤ ਰਾਹ ਭੁੱਲਿਆ ਅੱਜ। ਇਹ ਸਾਲਕ ਆ ਜੀ, ਇੱਥੇ ਸਾਲਕ ਕਹਿੰਦੇ ਆ, ਆਪਣੇ ਟੋਲ ਪਲਾਜ਼ਾ ਕਹਿੰਦੇ ਆ, ਟੋਲ ਗੇਟ ਕਹਿ ਦਿੰਦੇ ਆ, ਜਿਹੜੇ ਪੈਸੇ ਕੱਟਦੇ ਆ। ਆਹ ਹੁਣ ਵੀਡੀਓ ਦੇ ਵਿੱਚ ਸਾਲਕ ਲੰਘ ਕੇ ਗਿਆ, ਇੱਥੇ ਸਾਲਕ ਕਹਿੰਦੇ ਆ, ਟੋਲ ਪਲਾਜ਼ਾ ਕਹਿੰਦੇ ਆਪਣੇ ਪੰਜਾਬ ਦੇ ਵਿੱਚ। ਨਾ ਕੋਈ ਰਸ਼, ਨਾ ਕੋਈ ਲੈਣਾ ਦੇਣਾ, ਗੱਡੀ 1 ਸੈਕਿੰਡ ਨਹੀਂ ਖੜਦੀ ਇੱਥੇ। ਚਿੱਪਾਂ ਲੱਗੀਆਂ ਹੋਈਆਂ ਨੇ, ਠੀਕ ਆ, ਤੁਹਾਨੂੰ ਚਿੱਪ ਦਿਖਾਉਣਾ ਮੈਂ। ਇਹ ਦੇਖੋ, ਇਹ ਚਿੱਪ ਆ RTA ਦੀ, ਚਿੱਪ ਲੱਗੀ ਹੋਈ ਆ, ਇਹਦੇ ਵਿੱਚ ਪਾਏ ਹੋਏ ਨੇ ਪੈਸੇ। ਇਹਨੂੰ ਕਰਾ ਹੋਇਆ ਰਿਚਾਰਜ, ਇਹ ਚਾਹ ਗਿਆ ਦਰਾਮ, ਠੀਕ ਆ ਜੀ। ਦੋ ਦਰਾਮ ਚਾਰ ਦਰਾਮ ਜਿੰਨੀ ਵੀ ਫੀਸ ਆ ਜਿਹੜੇ ਸਾਲਕ ਦੀ, ਤੁਸੀਂ ਥੱਲੇ ਦੀ ਲੰਘੀ ਜਾਣਾ, ਉਹਨੇ ਆਪਣੇ ਆਪ ਹੀ ਡਿਟੈਕਟ ਕਰ ਜਾਣਾ, ਮੈਸੇਜ ਤੁਹਾਡੇ ਫੋਨ 'ਤੇ ਆ ਜਾਣਾ, ਕਿਉਂਕਿ ਤੁਹਾਡੇ ਫੋਨ ਰਜਿਸਟਰਡ ਹੈਗਾ ਉੱਥੇ, ਜਿੱਥੋਂ ਆਪ ਪੈਟਰੋਲ ਸਟੇਸ਼ਨ ਤੋਂ ਮਿਲਦਾ, ਕਿਸੇ ਵੀ ਪੈਟਰੋਲ ਸਟੇਸ਼ਨ ਤੋਂ ਲੈ ਲਓ ਤੁਸੀਂ ਆ ਕੇ। ਮਤਲਬ ਕਹਿਣ ਦਾ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਕਮਲੇ ਹੋ ਜਾਂਦੇ ਹਾਂ ਸੜਕਾਂ ਦੇ ਵਿੱਚ, ਉੱਥੇ ਖੜ ਖੜ ਕੇ ਟੋਲ ਪਲਾਜ਼ਿਆਂ 'ਤੇ, ਗਰਮੀ ਪਸੀਨੋ ਪਸੀਨੀ ਹੈ ਨਾ, ਐਡੀਆਂ ਐਡੀਆਂ ਲਾਈਨਾਂ ਲੱਗੀਆਂ ਹੁੰਦੀਆਂ, ਕੋਈ ਟ੍ਰੈਫਿਕ ਦਾ ਕੋਈ ਝੰਝਟ ਹੀ ਨਹੀਂ, ਨਾ ਕੈਸ਼ ਆ ਕੋਈ, ਸਿੱਧੀ ਔਨਲਾਈਨ ਪੇਮੈਂਟ ਆ, ਕਰਪਸ਼ਨ ਵੀ ਖਤਮ ਆ, ਵੀ ਹਾਂ ਬੰਦਾ ਕੈਸ਼ ਇੱਧਰ ਉੱਧਰ ਕਰਦਾ ਜਾਂ ਵੱਧ ਘੱਟ ਲੈਂਦਾ, ਹੈ ਨਾ, ਕੁਛ ਨਹੀਂ। ਜੋ ਗਵਰਨਮੈਂਟ ਨੇ ਫਿਕਸ ਕਰਤੇ ਅਮਾਊਂਟ, ਉਹੀ ਡਿਟੈਕਟ ਹੋਣੀ ਆ ਬਸ। ਬੜਾ ਸੋਹਣਾ ਇੰਪਲੀਮੈਂਟ ਰੋਲ ਕੀਤਾ ਹੋਇਆ ਆਪਣੀ ਪਬਲਿਕ ਲਈ ਜੋ ਇੱਥੇ ਰਹਿੰਦੀ ਹੈ ਦੁਬਈ 'ਚ। ਹੈਪੀ ਕਿੱਦਾਂ? ਵਧੀਆ ਜੀ। ਦਿਸ ਇਜ਼ ਅਨਦਰ ਵਨ ਮਿਸਟਰ ਕਰੀਮ। ਥੈਂਕ ਯੂ। ਹਾਈ, ਹਾਊ ਆਰ ਯੂ? ਹੈਪੀ।
Good. All is good. Everything is good. I miss you. I miss Rocky, you. Rocky, don't see you. He's a nice guy. And nice to come here weekend, Saturday, happy weekend. Hey. Happy weekend. Yeah. And subscribe, focus on family. Please. Don't forget. ਸ਼ਹਿਰੀ ਇੱਕ ਬੰਦੇ ਬਾਰੇ ਵਿਚਾਰ ਦੇ ਕਿਹਦੇ ਬਾਰੇ ਆਪਾਂ ਤਾਂ ਫੈਨ ਆ ਉਹ ਬੰਦੇ ਦੇ ਕਿਹਦੇ ਬਾਬਾ ਰਾਮ ਰਹੀਮ ਕਿੱਦਾਂ ਸਲੀਮ ਨੂੰ ਜ਼ਿਆਦਾ ਪਤਾ ਬਾਈ ਸਲੀਮ ਬਹੁਤ ਕੁਝ ਹੁੰਦਾ ਉਹਦੀ ਵੀਡੀਓ ਦੇ ਛੇ ਛੱਕੇ ਵਾਲੀ ਵੀਡੀਓ ਬਹੁਤ ਕਰਾਉਂਦਾ ਚਲੀ ਨਾਓ ਵੀ ਆਰ ਗੋਇੰਗ ਟੂ ਅਜਮਾਨ ਅਜਮਾਨ ਚਲੀ ਹਰ ਮੈਂ ਸ਼ਹਿਰੀ ਤੋਂ ਫੀਡਬੈਕ ਲਿਆ ਸੀ ਉਹਦਾ ਫੀਡਬੈਕ ਮੇਰੇ ਕੋਲ ਆ ਔਰ ਪਿਤਾ ਜੀ ਤੁਹਾਡੇ ਦੱਸੋ ਪਿਤਾ ਜੀ ਬਾਰੇ ਬੇਰਾ ਜੀ ਬੰਦਾ ਉਹਦਾ ਫੀਡਬੈਕ ਦੇਣਾ ਤੁਸੀਂ ਆਪਦੇ ਦਿਲ ਤੋਂ ਅਸੀਂ ਦਿੱਤਾ ਇੱਕ ਦੂਜੇ ਨੂੰ ਬਾਬਾ ਰਾਮ ਰਹੀਮ ਬਾਰੇ ਤੁਹਾਡਾ ਕੀ ਖਿਆਲ ਇੱਕ ਮਿੰਟ ਬਾਈ ਕੀ ਖਿਆਲ ਆ ਓਨੈਸਟ ਰਿਵਿਊ ਚਾਹੀਦਾ ਮੈਨੂੰ ਕੀ ਖਿਆਲ ਆ ਭਰਾਵਾ ਮੈਂ ਖਿਆਲ ਦੱਸ ਨਹੀਂ ਸਕਦਾ ਜੋ ਵੀ ਖਿਆਲ ਆ ਦੱਸਦੇ ਬੰਦਾ ਟੈਲੈਂਟਡ ਹੈ ਬਈ ਫੁੱਦੂ ਬਣਾਉਂਦਾ ਨਾ ਫੁੱਦੂ ਬਣਾਇਆ ਨੇ ਪੂਰਾ ਜਿੱਦਾਂ ਦੁਨੀਆਂ ਨੂੰ ਖਿੱਚਿਆ ਪੂਰਾ ਪਤਾ ਹੀ ਨੀ ਲੱਗਾ ਵੀ ਪਤਾ ਨੀ ਦੁਨੀਆਂ ਨੂੰ ਐ ਹੋ ਗਈ ਵੀ ਇਹ ਕੀ ਬਣ ਗਿਆ ਇਧਰ ਬਾਈ ਐ ਡਾਇਰੈਕਟਰ ਨੂੰ ਕਹਿੰਦਾ ਇਹ ਕੁਰਸੀ ਪੜਾ ਇਧਰ ਸੇ ਮੈਂ ਟਾਂਗ ਮਾਰੂੰਗਾ ਉੱਪਰ ਸੇ ਐਸੇ ਜਾਏਗੀ ਮੈਂ ਤੁਰ ਕੇ ਜਾਊਂਗਾ ਉਧਰ ਜਾ ਕੇ ਬੈਠੂਗਾ ਕੁਰਸੀ ਡਾਇਰੈਕਟ ਇਧਰ ਆਏਗਾ ਆਪਦੇ ਭੈਣ ਜੋ ਦਾ ਓਏ ਉਹ ਤਾਂ ਫਿਲਮ ਹੀ ਸੀ ਮੈਂ ਆਪਣੇ ਵਲੌਗ ਦਾ ਐਂਡ ਕਰ ਰਿਹਾ ਥੈਂਕ ਯੂ ਸੋ ਮਚ ਸ਼ਬਾ ਖੈਰ ਗੁੱਡ ਨਾਈਟ ਗਾਇਸ ਥੈਂਕ ਯੂ ਸੋ ਮਚ ਸਬਸਕ੍ਰਾਈਬ ਡੂ ਵਲੌਗ ਥੈਂਕ ਯੂ ਥੈਂਕ ਯੂ ਬਾਈ ਸਕੂਲ ਤੋਂ